वेलकम वेलकम बैक टू माय चैनल पंजाबी यूनिवर्सिटी पटियाला बीए सेमेस्टर दूसरा हिस्ट्री ਦਾ ਸਿਲੇਬਸ ਆਪਾਂ ਅੱਜ ਡਿਸਕਸ ਕਰਾਂਗੇ ਹਿਸਟਰੀ ਆਫ ਇੰਡੀਆ ਤੁਹਾਡੇ ਪੇਪਰ ਦਾ ਨਾਮ ਹੈ 2023 24 24 25 ਅਤੇ 25 26 ਠੀਕ ਹੈ ਬਿਲਕੁਲ ਲੇਟੈਸਟ ਸਿਲੇਬਸ ਹੈ ਇਸ ਅਕੋਰਡਿੰਗ ਤੁਸੀਂ ਤਿਆਰੀ ਕਰਨੀ ਹੈ ਰੈਗੂਲਰ ਅਤੇ ਪ੍ਰਾਈਵੇਟ ਡਿਸਟੈਂਸ ਸਭ ਦਾ ਜਿਹੜਾ ਹੈ ਸਿਲੇਬਸ ਈਮ ਹੈ ਲੇਕਿਨ ਰੈਗੂਲਰ ਵਾਲਿਆਂ ਨੂੰ ਜਿਹੜਾ ਪੇਪਰ ਹੈ ਇੰਟਰਨਲ ਜਿਹੜੀ ਹੈ 30 ਨੰਬਰ ਦੀ ਆਏਗੀ ਐਕਸਟਰਨਲ ਜਿਹੜੀ ਹੈ 70 ਨੰਬਰ ਦੀ ਯਾਨੀ ਕਿ ਕੁਐਸਚਨ ਪੇਪਰ ਥੋੜਾ 70 ਨੰਬਰ ਦਾ ਆਊਗਾ 3 ਨੰਬਰ ਦੀ ਤੁਹਾਡੀ ਇੰਟਰਨਲ ਅਸੈਸਮੈਂਟ ਹੋ ਗਈ ਜਿਹਦੇ ਵਿੱਚ ਇਹ اٹੈਂਡੈਂਸ ਹੈ ਨਾ ਜਿਸ ਦੇ ਵਿੱਚ ਤੁਹਾਡੇ ਪ੍ਰੋਜੈਕਟ ਵਗੈਰਾ ਹੈ ਨਾ ਜੋ ਵੀ ਤੁਹਾਡੇ ਮੈਮ ਜਿਹੜੇ ਨੇ ਥੋੜੀ ਅਸਾਈਨਮੈਂਟਸ ਵਗੈਰਾ ਦੇ ਕੇ ਜਿਹੜਾ ਨੰਬਰ ਦੇਣਗੇ ਠੀਕ ਹੈ ਸੋ ਰੈਗੂਲਰ ਵਾਲਿਆਂ ਦਾ ਵੀ 100 ਨੰਬਰ ਦਾ ਪੇਪਰ ਹੈ ਲੇਕਿਨ ਉਹਨਾਂ ਦੀ 3 ਨੰਬਰ ਦੀ ਇੰਟਰਨਲ ਅਸੈਸਮੈਂਟ ਲੱਗੇਗੀ ਕ੍ਰੈਡਿਟਸ ਜਿਹੜੇ ਨੇ 5 ਨਹੀਂ ਠੀਕ ਹੈ ਤੇ ਪ੍ਰਾਈਵੇਟ ਅਤੇ ਡਿਸਟੈਂਸ ஆன்ਲਾਈਨ এডਿਕੇਸ਼ਨ ਵਾਲੇ ਵਿਦਿਆਰਥੀਆਂ ਦਾ ਵੀ 100 ਨੰਬਰ ਦਾ ਪੇਪਰ ਹੈ ਇੰਟਰਨਲ ਅਸੈਸਮੈਂਟ ਤੁਹਾਡੀ ਕੋਈ ਵੀ ਨਹੀਂ ਹੈਗੀ ਪਾਸਿੰਗ ਮਾਰਕਸ ਜਿਹੜੇ ਨੇ ਸਭ ਦੇ ਹੀ ਰੈਗੂਲਰ ਡਿਸਟੈਂਸ ਤੇ ਪ੍ਰਾਈਵੇਟ 35 ਨੰਬਰ ਨੇ ਠੀਕ ਹੈ ਟਾਈਮ ਜਿਹੜਾ ਤੁਹਾਨੂੰ ਅਲੋਟ ਹੋਊਗਾ 3 ਘੰਟੇ ਦੋਸਤੋ ਵੀਡੀਓ ਜਿਹੜੀ ਹੈਗੀ ਬਹੁਤ ਹੀ ਬੈਨੀਫੀਸ਼ੀਅਲ ਹੋਣ ਵਾਲੀ ਹੈ ਸੋ ਐਂਡ ਤੱਕ ਦੇਖਿਓ ਤੇ ਨਾਲ ਹੀ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜਿਨ੍ਹਾਂ ਨੇ ਸ਼ੇਅਰ ਨਹੀਂ ਕੀਤਾ ਤੇ ਨਾਲ ਹੀ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਇਨਸਟਰਕਸ਼ਨਸ ਦੀ ਗੱਲ ਕਰੀਏ ਤਾਂ ਕੈਂਡੀਡੇਟਸ ਜਿਹੜੇ ਨੇ ਸ਼ੁੱਟ ਅਟੈਂਪਟ ਟੂ ਕੁਐਸ਼ਨ ਫ্রম ਸੈਕਸ਼ਨ A ਐਂਡ ਸੈਕਸ਼ਨ B ਹੁਣ ਦੇਖੋ ਚਾਰ ਚਾਰ ਕੁਐਸ਼ਨ ਤੁਹਾਨੂੰ ਸੈਕਸ਼ਨ A ਦੇ ਵਿੱਚ ਵੀ ਚਾਰ ਹੋਣਗੇ ਸੈਕਸ਼ਨ B ਦੇ ਵਿੱਚ ਵੀ ਚਾਰ ਹੋਣਗੇ ਆਪਾਂ ਨੇ ਦੋ ਦੋ ਅਟੈਂਪਟ ਕਰਨੇ ਆ ਜਿਵੇਂ ਕਿ ਤੁਸੀਂ ਸੈਮ ਵਨ ਤੇ ਵਿੱਚ ਆਲਰੇਡੀ ਕੀਤਾ ਹੀ ਐ ਸੈਕਸ਼ਨ C ਦਾ ਜਿਹੜਾ ਪਾਰਟ ਹੈ ਉਹ ਕੰਪਲਸਰੀ ਹੈ ਸ਼ਾਰਟ ਕੁਐਸ਼ਨ ਤੁਹਾਡੇ ਚ ਪੁੱਛੇ ਜਾਣਗੇ ਠੀਕ ਹੈ ਇਹਦੇ ਵਿੱਚ ਸੈਕਸ਼ਨ C ਦੇ ਵਿੱਚ ਰੈਗੂਲਰ ਵਾਲਿਆਂ ਨੂੰ ਜਿਹੜੇ ਹੈਗੇ ਨੇ 11 ਕੁਐਸ਼ਨ ਪੁੱਛੇ ਜਾਣਗੇ 20 ਤੋਂ 25 ਵਰਡਸ ਦੇ ਹੀ ਲਿਖਣੇ ਨੇ ਇਸ ਤੋਂ ਜ਼ਿਆਦਾ ਨਹੀਂ ਲਿਖਣੇ ਲੇਕਿਨ ਜਿਹੜੇ ਡਿਸਟੈਂਸ ਪ੍ਰਾਈਵੇਟ ਵਾਲੇ ਵਿਦਿਆਰਥੀ ਨੇ ਉਹਨਾਂ ਨੇ 30 40 ਸ਼ਬਦਾਂ ਦੇ ਵਿੱਚ ਇਹ ਵਾਲੇ ਆਨਸਰ ਦੇਣੇ ਨੇ ਉਹਨਾਂ ਨੂੰ 10 ਕੁਐਸਚਨ ਪੁੱਛੇ ਜਾਣਗੇ ਠੀਕ ਹੈ ਬਾਕੀ ਆਪਾਂ ਅੱਗੇ ਡਿਸਕਸ ਕਰਦੇ ਹਾਂ ਕਿ ਕਿਹੜਾ ਜਿਹੜਾ ਹੈ ਕੁਐਸਚਨ ਕਿੰਨੇ ਨੰਬਰ ਦਾ ਹੋਊਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਸੈਕਸ਼ਨ A ਦੇ ਵਿੱਚ ਕਿਹੜੇ-ਕਿਹੜੇ ਕਨਸੈਪਟਸ ਇਨਕਲੂਡਡ ਨੇ ਇਨਵੇਸ਼ਨਸ ਆਫ ਮਹਿਮੂਦ ਗਜਨਵੀ ਐਂਡ ਇਟਸ ਇੰਪੈਕਟ ਹੁਣ ਦੇਖੋ ਮਹਿਮੂਦ ਗਜਨਵੀ ਦੇ ਹਮਲੇ ਅਤੇ ਇਹਨਾਂ ਦੇ ਪ੍ਰਭਾਵ ਬਹੁਤ ਸਾਰੇ ਬੱਚਿਆਂ ਨੇ ਸਿਲੇਬਸ ਦੇ ਵਿੱਚ ਜਿਹੜਾ ਹੈ ਗਜਨਵੀ ਆਂਧ ਜਿਹੜਾ ਹੈ ਪੜ ਰਹੇ ਨੇ ਠੀਕ ਹੈ ਇਹ ਗਜਨਵੀ ਐਂਡ ਹੈ ਠੀਕ ਹੈ ਉਹਨਾਂ ਨੇ ਸਪੇਸ ਦੇਣੀ ਭੁੱਲੇ ਹੋਏ ਨੇ ਸੋ ਤਾਂ ਕਰਕੇ ਮੈਂ ਇੰਗਲਿਸ਼ ਅਤੇ ਪੰਜਾਬੀ ਦੋਨਾਂ ਦੇ ਵਿੱਚ ਜਿਹੜਾ ਹੈ ਤੁਹਾਡਾ ਸਿਲੇਬਸ ਪੈਟਰਨ ਤੁਹਾਡੇ ਨਾਲ ਸ਼ੇਅਰ ਕਰਾਂਗੀ ਤਾਂ ਇਨਵੇਜਨਸ ਨੇ ਮਹਿਮੂਦ ਗਜਨਵੀ ਦੇ ਅਤੇ ਉਹਦਾ ਇੰਪੈਕਟ ਕੀ ਪਾਇਆ ਨੇ ਮਹਿਮੂਦ ਗਜਨਵੀ ਦੇ ਹਮਲੇ ਜਿੰਨੇ ਵੀ ਉਸਨੇ ਹਮਲੇ ਕਿੰਨੇ ਟੋਟਲ 17 ਕਿਤੇ ਨੇ ਤੇ ਇਹ ਸਾਰੇ ਹਮਲੇ ਲਿਖਣੇ ਨੇ ਉਹਨਾਂ ਦਾ ਪ੍ਰਭਾਵ ਕੀ ਪਿਆ ਇਹ ਲਿਖਣਾ ਕਾਜ਼ੇਸ ਐਂਡ ਕਾਜ਼ੇਸ ਆਫ ਦਾ ਡਿਫੀਟ ਆਫ ਰਾਜਪੂਤ ਰਾਜਪੂਤ ਜਿਹੜੇ ਰਾਜੇ ਸੀ ਉਹਨਾਂ ਦੇ ਹਾਰ ਦੇ ਕੀ ਕਾਰਨ ਸਨ ਮੁਹੰਮਦ ਗੋਰੀ ਦੇ ਜੀਵਨ ਬਾਰੇ ਮੁਹੰਮਦ ਗੋਰੀ ਦੀਆਂ ਜਿੱਤਾਂ ਦੇ ਬਾਰੇ ਸੋ ਇਹ ਕੁਐਸਚਨ ਵੀ ਤੁਹਾਨੂੰ ਪੁੱਛੇ ਜਾਣਗੇ ਸੈਕੰਡ ਜਿਹੜਾ ਕੁਐਸਚਨ ਹੈ ਕੰਸੋਲੀਡੇਸ਼ਨ ਆਫ ਸਲਤਨਤ ਆਫ ਦਿੱਲੀ ਠੀਕ ਹੈ ਤਾਂ ਦਿੱਲੀ ਸਲਤਨਤ ਦਾ ਜਿਹੜਾ ਸੰਗਠਨ ਹੈ ਉਹਦੇ ਬਾਰੇ ਅੰਡਰ ਇਲਤਮਸ਼ ਐਂਡ ਬਲਬਨ ਬਲਬਨ ਦੇ ਟਾਈਮ ਇਲਤਮਸ ਦੇ ਕਾਲ ਦੇ ਵਿੱਚ ਉਹਨਾਂ ਦੇ ਟਾਈਮ ਦੇ ਵਿੱਚ ਜਿਹੜਾ ਹੈ ਦਿੱਲੀ ਸਲਤਨਤ ਦੇ ਸੰਗਠਨ ਦਾ ਜਿਹੜਾ ਹੈ ਆਪਾਂ ਨੇ ਪੂਰਾ ਵੇਰਵਾ ਦੇਣਾ ਹੈ ਥਰਡ ਜਿਹੜਾ ਆਪਣਾ ਟਾਪਿਕ ਹੈ ਅਲਾਉਦੀਨ ਖਿਲਜੀ ਐਡਮਿਨਿਸਟ੍ਰੇਟਿਵ ਐਂਡ ਇਕਨੋਮਿਕ ਰਿਫਾਰਮਸ ਅਲਾਉਦੀਨ ਖਿਲਜੀ ਦੇ ਪ੍ਰਸ਼ਾਸਨਿਕ ਅਤੇ ਆਰਥਿਕ ਸੁਧਾਰ 4th ਟਾਪਿਕ ਹੈ ਤੁਗਲਕਸ ਮੁਹੰਮਦ ਬਿਨ ਤੁਗਲਕਸ ਐਡਮਿਨਿਸਟ੍ਰੇਟਿਵ ਐਕਸਪੈਰੀਮੈਂਟਸ ਤੋਂ ਮੁਹੰਮਦ ਬਿਨ ਤੁਗਲਕ ਨੇ ਜਿਹੜੇ ਪ੍ਰਸ਼ਾਸਨਿਕ ਤਜਰਬੇ ਕੀਤੇ ਸੀ ਠੀਕ ਹੈ ਹਵਾਈ ਹਵਾਈ ਯੋਜਨਾਵਾਂ ਜਿਹੜੀਆਂ ਸੀ ਇਸ ਨੇ ਕੀਤੀਆਂ ਸੀ ਉਹ ਸਾਰਾ ਕੁਝ ਜਨ ਪਲੱਸ ਜਿਹੜਾ ਹੈ ਫਿਰੋਜ਼ ਤੁਗਲਕ ਦੇ ਰਿਫਾਰਮਸ ਜਿਹੜੇ ਨੇ ਫਿਰੋਜ਼ ਤੁਗਲਕ ਦੇ ਸੁਧਾਰ ਇਹ ਚਾਰੇ ਕਨਸੈਪਟ ਜਿਹੜੇ ਨੇ ਇਸ ਵਾਰ ਤੁਹਾਡੇ ਪੇਪਰ ਦੇ ਵਿੱਚ ਇਨਕਲੂਡ ਹੈ ਠੀਕ ਹੈ ਤੁਸੀਂ ਦੇਖੋਗੇ ਕਿ ਇਹ ਜਿਹੜਾ ਵਿਜੇਨਗਰ ਸਾਮਰਾਜ ਵਾਲਾ ਇਹ ਇੱਥੇ ਸੀਗਾ ਪਹਿਲਾ ਐਡ ਠੀਕ ਹੈ ਫਿਫਥ ਟਾਪਿਕ ਸੀਗਾ ਲੇਕਿਨ ਹੁਣ ਇੱਥੋਂ ਦੀ ਇਹ ਚੱਕ ਕੇ ਇੱਥੇ ਕਰ ਦਿੱਤਾ ਹੈ ਅਤੇ ਇਹਦੇ ਵਿੱਚੋਂ ਜਿਹੜਾ ਹੈ ਆ ਕਾਫੀ ਸਾਰੇ ਕਨਸੈਪਟ ਜਿਹੜੇ ਨੇ ਡਿਲੀਟ ਕਰ ਦਿੱਤੇ ਗਏ ਨੇ ਤਾਂ ਪਿਛਲੇ ਸਾਲ ਵਾਲਾ ਸਿਲੇਬਸ ਫੋਲੋ ਨਹੀਂ ਕਰਨਾ ਗਾਈਡ ਦੇ ਵਿੱਚ ਵੀ ਨੋਟ ਡਾਊਨ ਕਰ ਲਓ ਆਪਣੀ ਦੇ ਵਿੱਚ ਬੁੱਕ ਦੇ ਵਿੱਚ ਕਿ ਕਿਹੜੇ-ਕਿਹੜੇ ਟਾਪਿਕਸ ਤੁਸੀਂ ਕਰਨੇ ਨੇ ਠੀਕ ਹੈ ਟੋਟਲ ਆਪਾਂ ਨੂੰ 8 ਟਾਪਿਕ ਹੈ ਪਿਛਲੀ ਵਾਰ 10 ਸੀ ਪਿਛਲੀ ਵਾਰ ਆਪਾਂ ਨੂੰ ਮੈਪ ਵੀ ਸੀਗੇ ਇਸ ਵਾਰ ਆਪਾਂ ਨੂੰ ਮੈਪ ਨਹੀਂ ਹੈਗੇ ਤਾਂ ਜਿਹੜੇ ਵੀ ਵਿਦਿਆਰਥੀ ਮੈਪ ਨੂੰ ਬਿਲਕੁਲ ਵੀ ਉਹਨਾਂ ਨੂੰ ਨਹੀਂ ਸੀ ਪਸੰਦ ਮੈਪ ਪੜਨਾ ਠੀਕ ਹੈ ਸਮਝ ਨਹੀਂ ਸੀ ਆਉਂਦਾ ਤਾਂ ਉਹਨਾਂ ਆਪਾਂ ਨੂੰ ਨਹੀਂ ਆਉਣਾ ਹੁਣ ਸੈਕਸ਼ਨ ਬੀ ਦੇ ਵੱਲ ਮੂਵ ਕਰਦੇ ਆਂ ਸਭ ਤੋਂ ਹਾਂ ਸੱਚ ਇੱਕ ਗੱਲ ਹੋਰ ਹੈ ਕਿ ਜਿਹੜੇ ਆ ਚਾਰ ਟਾਪਿਕ ਨੇ ਠੀਕ ਹੈ ਇਹਨਾਂ ਚਾਰ ਟਾਪਿਕਾਂ ਦੇ ਵਿੱਚੋਂ ਕੋਈ ਤੁਸੀਂ ਤਿੰਨ ਕਰ ਸਕਦੇ ਹੋ ਠੀਕ ਹੈ ਪੇਪਰ ਦੇ ਵਿੱਚ ਲਾਈਕ ਫੋਰ ਐਗਜ਼ਾਮਪਲ ਇਹ ਪੱਕਾ ਹੀ ਕਰ ਲੋ ਪਲੱਸ ਏ ਤੀਜਾ ਤੇ ਚੌਥਾ ਤੁਸੀਂ ਕਰ ਲੋ ਇਹਨੂੰ ਤੁਸੀਂ ਸਕਿੱਪ ਕਰ ਸਕਦੇ ਹੋ ਕਿਉਂਕਿ ਆਪਾਂ ਨੂੰ ਚਾਰੋਂ ਟਾਪਿਕਸ ਦੇ ਵਿੱਚੋਂ ਦੀ ਆਪਾਂ ਨੇ ਸਿਰਫ ਦੋ ਟਾਪਿਕਸ ਕਰਨੇ ਨੇ ਠੀਕ ਹੈ ਚਾਰ ਕੁਐਸਚਨ ਆਣਗੇ ਇੱਕ ਕੁਐਸਚਨ ਇਧਰੋਂ ਇੱਕ ਕੁਐਸਚਨ ਇਧਰੋਂ ਇੱਕ ਕੁਐਸਚਨ ਇਧਰੋਂ ਇੱਕ ਕੁਐਸਚਨ ਇਧਰੋਂ ਕਰ ਤਾਂ ਤੁਸੀਂ ਦੋ ਵੀ ਸਕਦੇ ਹੋ ਲੇਕਿਨ ਆਪਣਾ ਕੋਈ ਵੀ ਰਿਸਕ ਛੱਡਣ ਨਹੀਂ ਆਪਾਂ ਜਿਹੜਾ ਹੈ ਤਿੰਨ ਟਾਪਿਕ ਜ਼ਰੂਰ ਕਵਰ ਕਰਕੇ ਜਾਣਾ ਠੀਕ ਹੈ ਬਾਕੀ ਇੰਪੋਰਟੈਂਟ ਕੁਐਸਚਨ ਮੈਂ ਤੁਹਾਨੂੰ ਜਲਦੀ ਹੀ ਪ੍ਰੋਵਾਈਡ ਕਰਵਾ ਦਾਂਗੀ ਕਿ ਕਿਹੜੇ ਇੰਪੋਰਟੈਂਟ ਤੁਸੀਂ ਕਰਕੇ ਜਾਣੇ ਨੇ ਹੋਰ ਵੀ ਕਾਫੀ ਸਾਰੇ ਕਨਸੈਪਟਸ ਦੀ ਤਿਆਰੀ ਮੈਂ ਆਪਣੇ ਚੈਨਲ ਤੇ ਕਰਵਾ ਰਹੀ ਹਾਂ ਸਬਜੈਕਟਸ ਦੀ ਵੀ ਤਿਆਰੀ ਮੈਂ ਕਰਵਾ ਰਹੀ ਹਾਂ ਤੇ ਉਹਨਾਂ ਨੂੰ ਵੀ ਜ਼ਰੂਰ ਜਿਹੜਾ ਹੈ ਤੁਸੀਂ ਦੇਖਣਾ ਨਾ ਭੁੱਲਿਓ ਤਾਂ ਸੈਕਸ਼ਨ B ਜਿਹੜਾ ਹੈ ਵਿਜੇਨਗਰ ਕਿੰਗਡਮ ਵਿਜੇਨਗਰ ਸਾਮਰਾਜ ਫਾਊਂਡੇਸ਼ਨ ਸਥਾਪਨਾ ਐਕਸਪੈਂਸ਼ਨ ਵਿਸਥਾਰ ਅਤੇ ਡਿਕਲਾਈਨ ਪਤਨ ਦੇ ਕਾਰਨ ਇਹ ਬਹੁਤ ਇੰਪੋਰਟੈਂਟ ਕਨਸੈਪਟ ਹੈ ਵਿਜੇਨਗਰ ਸਾਮਰਾਜ ਦੇ ਬਾਰੇ ਕਿ ਇਹਦਾ ਸਥਾਪਨਾ ਕਿਵੇਂ ਹੋਈ ਅਤੇ ਪਤਨ ਕਿਵੇਂ ਹੋਇਆ ਸ਼ੇਰ ਸ਼ਾਹ ਸੂਰੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਐਡਮਿਨਿਸਟ੍ਰੇਟ ਐਡਮਿਨਿਸਟ੍ਰੇਸ਼ਨ ਐਂਡ ਰਿਫਾਰਮਸ ਸ਼ੇਰ ਸ਼ਾਹ ਸੂਰੀ ਦੇ ਅੰਡਰ ਜਿਹੜਾ ਪ੍ਰਸ਼ਾਸਨਿਕ ਸੁਧਾਰ ਹੋਏ ਸੀਗੇ ਸੋ ਉਹ ਸਾਰੇ ਆਪਣੇ ਲਿਖਣੇ ਆ ਠੀਕ ਹੈ ਅਕਬਰ ਦੇ ਬਾਰੇ ਜਿਹੜੇ ਕੌਨਸ ਕੁਐਸਚਨ ਆਊਗਾ ਕਨਸੋਲਿਡੇਸ਼ਨ ਐਕਸਪੈਂਸ਼ਨ ਆਫ Empire ਰਿਲੇਸ਼ਨ ਵਿਦ ਰਾਜਪੂਤਸ ਲੈਂਡ ਰੈਵਨਿਊ ਸਿਸਟਮ ਮੰਸਬਦਾਰੀ ਸਿਸਟਮ ਐਂਡ ਸ सक्सेसरਸ ਤਾਂ ਅਕਬਰ ਅਕਬਰ ਦਾ ਸਾਮਰਾਜ ਦਾ ਵਿਸਥਾਰ ਸੰਗਠਨ ਰਾਜਪੂਤ ਰਾਜਿਆਂ ਦੇ ਨਾਲ ਹੀ ਦੇ ਸੰਬੰਧ ਕੀ ਸੀ ਮੁਗਲਾਂ ਦੀ ਮਾਲੀਆ ਵਿਵਸਥਾ ਕਿੱਦਾਂ ਦੀ ਸੀ ਮੰਨਸਬਦਾਰੀ ਪ੍ਰਥਾ ਜਿਹੜੀ ਸੀ ਉਸ ਟਾਈਮ ਦੀ ਅਤੇ ਪਲੱਸ ਉਤਰਾਧਿਕਾਰੀ ਜਿਹੜੇ ਇਹਨਾਂ ਦੇ ਹੋਏ ਨੇ ਅਕਬਰ ਦੇ ਸੋ ਉਹਦੇ ਬਾਰੇ ਤੇ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਦੇਖੋ ਇਹਦੇ ਵਿੱਚ ਜਿਹੜਾ ਹੈ ਇਹਨਾਂ ਨੇ 2 ਦਾ ਪੁਆਇੰਟ ਪੁੱਛਿਆ ਗਿਆ ਜਿਹੜਾ ਪਿਛਲੇ ਸਾਲ ਬਹੁਤ ਲੰਮਾ ਜੋੜਾ ਸਿਲੇਬਸ ਸੀਗਾ ਕਮ ਸੇ ਕਮ ਜਿਹੜੇ ਸੀ 30 ਵੀਡੀਓਜ਼ ਮੈਂ ਪਾਈ ਸੀ ਆਪਣੇ ਚੈਨਲ ਦੇ ਉੱਤੇ ਸੋ ਉਹ ਵੀ ਚੈੱਕ ਆਊਟ ਜ਼ਰੂਰ ਪੁਲਿਓ ਜਿਹੜੇ ਵੀ ਤੁਹਾਡੇ ਸਿਲੇਬਸ ਦੇ ਨਾਲ ਹੁਣ ਮੈਚ ਕਰਦੇ ਨੇ ਵੈਸੇ ਤਾਂ ਇੱਕ ਦੋ ਹੀ ਡਿਲੀਟ ਕੀਤੇ ਨੇ ਇਹਨਾਂ ਨੇ ਲੇਕਿਨ ਫੇਰ ਵੀ ਜਿਹੜਾ ਹੈ ਸੋ ਕਾਫੀ ਸਾਰਾ ਸਿਲੇਬਸ ਇਨਨਾਂ ਨੇ ਡਿਲੀਟ ਕਰਤਾ ਥੋੜਾ ਜਿਹਾ ਆਸਾਨ ਹੋ ਗਿਆ ਤੁਹਾਡੇ ਲਈ ਤਾਂ 8th ਨੰਬਰ ਜਿਹੜਾ ਟੌਪਿਕ ਹੈ ਰਾਈਸ ਆਫ ਦਾ ਮਰਾਠਾ ਮਰਾਠਾ ਦਾ ਉਥਾਨ अर्ली लाइफ ऑफ शिवाजी शिवाजी ਦਾ ਮੋਢਲਾ ਜੀਵਨ ਫਾਊਂਡੇਸ਼ਨ ਆਫ ਮਰਾਠਾ ਕਿੰਗਡਮ ਮਰਾਠਾ ਸਾਮਰਾਜ ਦੀ ਸਥਾਪਨਾ ਕਿਵੇਂ ਹੋਈ ਐਡਮਿਨਿਸਟ੍ਰੇਸ਼ਨ ਯਾਨੀ ਕਿ ਪ੍ਰਸ਼ਾਸਨ ਇਹਨਾਂ ਚਾਰ ਟਾਪਿਕਸ ਦੇ ਵਿੱਚੋਂ ਵੀ ਤੁਸੀਂ ਕੋਈ ਵੀ ਤਿੰਨ ਟਾਪਿਕਸ ਕਰ ਸਕਦੇ ਹੋ ਇੱਕ ਟਾਪਿਕਸ ਤੁਸੀਂ ਸਕਿੱਪ ਕਰ ਸਕਦੇ ਹੋ ਠੀਕ ਹੈ ਬਾਕੀ ਮੈਂ ਤੁਹਾਨੂੰ ਜਿਹੜੇ ਇੰਪੋਰਟੈਂਟ ਵੀਡੀਓਜ਼ ਪਾਉਂਗੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਰਹੂੰਗੀ ਕਿ ਇਹ ਕੁਐਸਚਨ ਇੰਪੋਰਟੈਂਟ ਹੈ ਤੇ ਇਹ ਕੁਐਸਚਨ ਤੁਸੀਂ ਸਕਿੱਪ ਕਰਨੇ ਹੈ ਦੇਖੋ ਸ਼ਾਰਟ ਕੁਐਸਚਨਾਂ ਦਾ ਸੈਕਸ਼ਨ ਜਿਹੜਾ ਹੈ ਆਪਣਾ ਸੀ ਸੈਕਸ਼ਨ ਹੈ ਜਿੱਤੇ ਵਿੱਚ ਸਾਰੇ ਦੇ ਸਾਰੇ ਸ਼ਾਰਟ ਕੁਐਸਚਨ ਪੁੱਛੇ ਜਾਣਗੇ ਸਾਰੇ ਸਿਲੇਬਸ ਚੋਂ ਠੀਕ ਹੈ ਤੇ ਕਿੰਨੇ ਕਿੰਨੇ ਆਣਗੇ ਤੁਹਾਨੂੰ ਰੈਗੂਲਰ ਸਟੂਡੈਂਟ ਵਾਲਿਆਂ ਨੂੰ ਜਿਹੜੇ ਰੈਗੂਲਰ ਸਟੂਡੈਂਟਸ ਆ ਉਹਨਾਂ ਨੂੰ 11 ਕੁਐਸਚਨ ਆਣਗੇ 2 2 ਨੰਬਰ ਦੇ ਠੀਕ ਹੈ 25 30 ਵਰਡਸ ਹੀ ਉਹਨਾਂ ਨੇ ਲਿਖ ਕੇ ਆਉਣੇ ਨੇ ਠੀਕ ਹੈ 20 25 25 30 ਵਰਡਸ ਹੀ ਲਿਖ ਕੇ ਆਉਣੇ ਨੇ ਰੈਗੂਲਰ ਵਾਲਿਆਂ ਨੇ ਡਿਸਟੈਂਸ ਤੇ ਪ੍ਰਾਈਵੇਟ ਵਾਲੇ ਬੱਚਿਆਂ ਨੂੰ ਜਿਹੜੇ ਸੈਕਸ਼ਨ ਸੀ ਹੈ ਸ਼ਾਰਟ ਕੁਐਸਚਨ ਹੈ ਉਹ ਸਿਰਫ 10 ਪੁੱਛੇ ਜਾਣਗੇ ਲੇਕਿਨ ਇਹ 4 4 ਨੰਬਰ ਦੇ ਹੋਣਗੇ ਮਤਲਬ ਇੱਕ ਲਾਈਨ ਜਿਹੜੀ ਹੈ ਤੁਸੀਂ ਵੱਧ ਲਿਖ ਕੇ ਆਉਣੀ ਹੈ ਠੀਕ ਹੈ ਰੈਗੂਲਰ ਵਾਲਿਆਂ ਤੋਂ ਮਤਲਬ 40 ਅੰਕਾਂ ਦਾ ਜਿਹੜਾ ਹੈ ਤੁਹਾਨੂੰ ਇੱਥੋਂ ਰੈਗੂਲਰ ਵਾਲਿਆਂ ਦੇ 22 ਨੰਬਰ ਇੱਥੋਂ ਨੇ ਠੀਕ ਹੈ ਤੇ ਡਿਸਟੈਂਸ ਪ੍ਰਾਈਵੇਟ ਵਾਲਿਆਂ ਦੇ 40 ਨੰਬਰ ਬਣਦੇ ਨੇ ਸੈਕਸ਼ਨ ਸੀ ਚੋਂ ਮੈਪ ਤੁਹਾਨੂੰ ਇਸ ਵਾਰ ਨਹੀਂ ਆਉਣਾ ਲੌਂਗ ਕੁਐਸਚਨ ਦੀ ਗੱਲ ਕਰੀਏ ਤਾਂ ਰੈਗੂਲਰ ਵਾਲਿਆਂ ਨੂੰ ਇੱਕ ਲੌਂਗ ਜਿਹੜਾ ਹੈ 12 ਨੰਬਰ ਦਾ ਕਿਉਂਕਿ ਸੈਕਸ਼ਨ ਏ ਦੇ ਵਿੱਚ ਵੀ ਆਪਾਂ ਦੋ ਕੁਐਸਚਨ ਕਰਨੇ ਨੇ 12 12 ਨੰਬਰ ਦੇ ਹੋਣਗੇ 24 ਨੰਬਰਾਂ ਦਾ ਇੱਥੋਂ ਆਪਾਂ ਨੂੰ ਜਿਹੜਾ ਹੈ ਕੁਐਸਚਨ ਪੁੱਟ ਹੋਣਗੇ ਸੈਕਸ਼ਨ B ਵਿੱਚ 24 ਨੰਬਰ ਦਾ ਹੋਗਾ ਸੈਕਸ਼ਨ C ਜਿਹੜੇ ਆਪਣੇ 11 ਕੁਐਸਚਨ ਨੇ 2-2 ਨੰਬਰ ਦੇ ਉਹ 22 ਹੋਣਗੇ ਐਡਾ ਤੁਹਾਡੇ 70 ਨੰਬਰ ਜਿਹੜੇ ਨੇ ਤੁਹਾਨੂੰ ਡਿਸਟ੍ਰੀਬਿਊਟ ਕੀਤੇ ਜਾਣਗੇ ਇੰਟਰਨਲ ਤੁਹਾਡੀ 3 ਨੰਬਰ ਦੀ ਹੋਗੀ 70 ਤੇ 30 ਤੁਹਾਡੇ 100 ਨੰਬਰ ਇੱਥੋਂ ਬਣਗੇ ਤੇ ਇੱਕ ਹੋਰ ਚੀਜ਼ ਕਿੰਨੇ ਸ਼ੀਟਸ ਦਾ ਲੌਂਗ ਕੁਐਸਚਨ ਆਪਨੇ अटेम्प्ट ਕਰਕੇ ਆਣਾ ਹੈ ਲੌਂਗ ਕੁਐਸਚਨ 4-5 ਸ਼ੀਟਸ ਦਾ ਸ਼ਾਰਟ ਕੁਐਸਚਨ ਇੱਕ ਸ਼ੀਟ ਦੇ ਉੱਤੇ ਤੁਸੀਂ ਤਿੰਨ ਵੀ ਕਰ ਸਕਦੇ ਹੋ ਚਾਰਵੀਂ ਕਰ ਸਕਦੇ ਹੋ ਅਕੋਰਡਿੰਗ ਟੂ ਯੂਅਰ ਹੈਂਡਰਾਈਟਿੰਗ ਠੀਕ ਹੈ ਬਹੁਤ ਛੋਟੀ ਹੈਂਡਰਾਈਟਿੰਗ ਹੈ ਤਾਂ ਚਾਰਵੀਂ ਹੋ ਜਾਣਗੇ ਠੀਕ ਹੈ ਅਗਰ ਵੱਡੀ ਵੱਡੀ ਹੰਡਰਾਈਟਿੰਗ ਆ ਤਾਂ ਦੋ ਵੀ ਕਰੋਗੇ ਬਾਕੀ ਜਿਹੜਾ ਹੈ ਤਿੰਨ ਚਾਰ ਦੀ ਐਵਰੇਜ ਤਾਂ ਤੁਸੀਂ ਮੰਨ ਕੇ ਚੱਲੋ ਕਿ ਇੱਕ ਸ਼ੀਟ ਤੇ ਤਿੰਨ ਚਾਰ ਸ਼ਾਰਟ ਤੇ ਚਾਰ ਪੰਜ ਸ਼ੀਟਾਂ ਦੇ ਉੱਤੇ ਇੱਕ ਲੌਂਗ ਅਟੈਂਪਟ ਕਰ ਦੇਣਾ ਤੇ ਅਗਰ ਆਪਾਂ ਗੱਲ ਕਰੀਏ ਕਿ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਦੇ ਲੌਂਗ ਕਿੰਨੇ ਨੰਬਰ ਦੇ ਆਣਗੇ 15 ਨੰਬਰ ਤਾਂ ਉਹਨਾਂ ਨੂੰ ਲੌਂਗ ਆਊਗਾ ਠੀਕ ਹੈ 15 ਦੋ 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 ਕੁਐਸਚਨ ਆਣਗੇ ਤਾਂ 15 2 30 ਠੀਕ ਹੈ ਬੀ ਸੈਕਸ਼ਨ ਦੇ ਵਿੱਚ ਉਹ ਵੀ 30 ਨੰਬਰ ਸੈਕਸ਼ਨ ਸੀ 10 ਕੁਐਸਚਨ ਹੋਣਗੇ 4-4 ਨੰਬਰਾਂ ਦੇ ਹੋਣਗੇ ਅਤੇ 40 ਨੰਬਰ ਦੇ ਇੱਥੋਂ ਬਣਨਗੇ ਟੋਟਲ ਤੁਹਾਡਾ 100 ਨੰਬਰ ਦਾ ਕਿਉਂਕਿ ਤੁਹਾਡੀ ਇੰਟਰਨਲ ਅਸੈਸਮੈਂਟ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਦੀ ਨਹੀਂ ਲੱਗਦੀ ਠੀਕ ਹੈ ਮੈਪ ਵਰਕ ਮੈਂ বারবার ਕਹਿ ਰਹੀ ਹਾਂ ਇਸ ਵਾਰ ਡਿਲੀਟ ਹੋ ਗਿਆ ਬਹੁਤ ਸਾਰੇ ਕੁਐਸਚਨ ਆ ਰਹੇ ਨੇ ਕਿ ਮੈਮ ਮੈਪਸ ਖਾ ਦੋ ਮੈਪਸ ਖਾ ਦੋ ਤਾਂ ਮੈਪ ਵਾਲੇ ਕੁਐਸਚਨ ਤੁਹਾਡੇ ਇਸ ਵਾਰ ਨਹੀਂ ਆਣਗੇ ਗੁੱਡ ਨਿਊਜ਼ ਐ ਸਭ ਦੇ ਲਈ ਸੋ ਏਸੀ ਅੱਜ ਦਾ ਵੀਡੀਓ ਨੈਕਸਟ ਵੀਡੀਓ ਕਿਹੜੇ ਕੰਟੈਂਟ ਦੇ ਉੱਤੇ ਹੋਵੇ ਉਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਹੀ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਬਿਕਾਜ਼ ਸ਼ੇਅਰਿੰਗ ਸ਼ੇਅਰਿੰਗ ਇਸ ਕੇਅਰਿੰਗ